ਦੀਪ ਸਿੱਧੂ ਦੀ ਬਣਨ ਜਾ ਰਹੀ ਹੈ ਯਾਦਗਾਰ ਐਸੀ ਯਾਦਗਾਰ 'ਚ ਬੱਚਿਆਂ ਨੂੰ ਫ੍ਰੀ ਦੇ ਵਿੱਚ ਆਈਐਸ ਆਈਪੀਐਸ ਅਤੇ ਪੀਪੀਐਸ ਵਰਗੇ ਇਗਜ਼ਾਮਾਂ ਦੀ ਕਰਾਈ ਜਾਏਗੀ ਤਿਆਰੀ ਨਾਲ ਹੀ ਬਣਾਏ ਜਾਏਗੀ ਇੱਕ ਲਾਇਬ੍ਰੇਰੀ ਇੱਕ ਮਿਊਜ਼ੀਅਮ ਦਾ ਵੀ ਕੀਤਾ ਜਾਏਗਾ ਨਿਰਮਾਣ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਬਣਾਇਆ ਜਾਏਗਾ ਗੁਰਦੁਆਰਾ ਸਾਹਿਬ ਸੋਇਸ ਤੇ ਉਹਨਾਂ ਦੇ ਭਾਈ ਮਨਦੀਪ ਸਿੱਧੂ ਨਾਲ ਸੁਣੋ ਖਾਸ ਗੱਲਬਾਤ ਇਹ ਯਾਦਗਾਰ ਬਈ ਦੀ ਬਣਨ ਜਾ ਰਹੀ ਹੈਗੀ ਤੇ ਜਿੱਥੇ ਕਿ 15 ਤਰੀਕ 15 ਫ फेब्रुवारी 2023 ਨੂੰ ਇਹਦਾ ਨੀਂਹ ਪੱਥਰ ਰੱਖਾਂਗੇ ਵੀ ਯਾਦਗਾਰੀਆਂ ਤਸਵੀਰਾਂ ਅਸੀਂ ਸਾਰਿਆਂ ਨੇ ਦੇਖਿਆ ਨੇ ਪਰ ਉਸ ਦੇ ਨਾਲ ਅਸੀਂ ਕਾਫੀ ਬਿਲਡਿੰਗਸ ਵੀ ਦੇਖ ਰਹੇ ਹਾਂ ਜਦੋਂ ਬਿਲਡਿੰਗਸ ਦੇਖਦੇ ਹਾਂ ਤਾਂ ਮਨ 'ਚ ਸਵਾਲ ਆਉਂਦਾ ਵੀ ਉੱਥੇ ਅਸਲ ਦੇ ਵਿੱਚ ਕੀ ਬਣਨ ਕੀ ਜਾ ਰਿਹਾ ਗੁਰਦੁਆਰਾ ਸਾਹਿਬ ਤਾਂ ਅਸੀਂ ਸਾਰਿਆਂ ਨੇ ਦੇਖ ਲਿਆ ਫਰੰਟ ਦੇ ਵਿੱਚ ਨਜ਼ਰ ਆ ਰਿਹਾ ਮੇਂ ਗੁਰਦੁਆ拉 ਸੈਪ ਬਣੂਗਾ ਪਰ ਨਾਲ ਕੀ ਕੀ ਬਣਨ ਜਾ। ਦੇਖੋ ਜਿਹੜਾ ਹੁਣ ਅਸੀਂ ਉੱਥੇ ਮਿਊਜ਼ੀਅਮ ਆ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਦਿੱਲੀ ਮੋਰਚੇ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਉੱਥੇ ਮੋਰਚੇ ਨੂੰ ਸਮਰਪਿਤ ਹੋਈ ਹੈਗੀ ਉਨ੍ਹਾਂ ਦੇ ਪ੍ਰਤੀ ਉਹਨਾਂ ਦੀਆਂ ਫੋਟੋਆਂ ਅਸੀਂ ਉਹਨਾਂ ਦੇ ਫੈਮਲੀ ਨਾਲ ਵੀ ਟੱਚ-ਅਪ ਹੋ ਰਹੀਆਂ ਹਨ ਗੇ ਵੀ ਸਾਨੂੰ ਉਹਨਾਂ ਦਾ ਜੋ ਜਿੰਨਾ ਕੁ ਵੀ ਬਾਇਓ ਡਾਟਾ ਅਵੇਲੇਬਲ ਹੋ ਜਾਦਾ ਅਸੀਂ ਉਹ ਵੀ ਉੱਥੇ ਲਾਵਾਂਗੇ ਨਾਲ ਸਿੱਖ ਵਿਦਵਾਨ ਆਪਣੇ ਬਹੁਤ ਆ ਉਹਨਾਂ ਨਾਲ ਟਾਇਪ ਕਰਕੇ ਸਿੱਖ ਲਿਟਰੇਚਰ ਜਿੰਨਾ ਕੁ ਪੰਜਾਬ ਦਾ ਲਿਟਰੇਚਰ ਉਹ ਵੀ ਉੱਥੇ ਅਸੀਂ ਡਿਜੀਟਲ ਰੂਟ ਚ ਵੀ ਤੇ ਬੁੱਕਸ ਦੇ ਰੂਪ ਚ ਵੀ ਉੱਥੇ ਜਿੰਨਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਆ ਵੀ ਅਸੀਂ ਆਪਣੀ ਸਿੱਖ ਕੌਮ ਨਾਲ ਪੰਜਾਬ ਨਾਲ ਲੋਕਾਂ ਨੂੰ ਜੋੜਿਆ ਜਾਵੇ ਆਪਣੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਤੁਸੀਂ ਗਿਆ ਵੀ IAS IPS PCS ਦੀ ਤਿਆਰੀ ਜਿਹੜੀ ਆ ਫ੍ਰੀ ਦੇ ਵਿੱਚ ਹੋਏਗੀ ਕਾਫੀ ਇੰਨਾ ਦਾ ਖਰਚਾ ਵੀ ਹੁੰਦਾ ਤੇ ਉਹ ਪੂਰੀ ਯਾਦਗਾਰ ਦਾ ਵੀ ਜਿਹੜਾ ਕਾਫੀ ਖਰਚਾ ਆਏਗਾ ਸਾਰਾ ਕਿਸ ਤਰੀਕੇ ਨਾਲ ਕੀਤਾ ਜਾਊਗਾ ਸੰਗੋਦ ਦੇ ਸਹਿਯੋਗ ਤੇ ਨਾਲ ਹੀ ਇਹ ਸਾਰਾ ਅਸੀਂ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਐਜ਼ ਅ ਟੀਮ ਤੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਹੁਣ ਤੱਕ ਇੱਥੋਂ ਤੱਕ ਪਹੁੰਚੇ ਆਂਗੇ ਜਦੋਂ ਅਸੀਂ ਵੀ ਨਾ ਤਸਵੀਰ ਪਾਈ ਤਾਂ ਤੁਸੀਂ ਵੀ ਜ਼ਰੂਰ ਦੇਖਿਆ ਹੋਗਾ ਕਈ ਲੋਕਾਂ ਨੇ ਉਸ ਤਸਵੀਰ ਨੂੰ ਪਸੰਦ ਵੀ ਕੀਤਾ ਪਰ ਦੂਜੇ ਪਾਸੇ ਜੇ ਗੱਲ ਕਰਦੇ ਹਾਂ ਤਾ ਨੁਕਤਾ ਚਿੰਨੀ ਵਿਵੋਧ ਹੋਈ ਇਹ ਵੀ ਗੱਲ ਹੈ ਕਿ ਕਿ ਆ ਵੀ ਕਿਸੇ ਵਿਅਕਤੀ ਦੀ ਯਾਦਗਾਰ ਬਣਾਣੀ ਸਹੀ ਹੈ ਜਾਂ ਨਹੀਂ ਹੈ ਤੁਸੀਂ ਵੀ ਉਹ ਸਭ ਕੁਝ ਪੜਿਆ ਹੋਊਗਾ ਮੈਂ ਵੀ ਥੱਲੇ ਕਮੈਂਟਸ ਪੜੇ ਆ ਵੀ ਗੁਰਦੁਆਰਾ ਸਾਹਿਬ ਜੇ ਵਾਪਸ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਦੀਪ ਦੇ ਨਾਮ ਤੇ ਇੱਕ ਗੁਰਦੁਆਰਾ ਸਾਹਿਬ ਨਹੀਂ ਬਣਾਉਣਾ ਚਾਹੀਦਾ ਹੈਗਾ ਇਹ ਮੈਂ ਇਹ ਗੱਲ ਇੱਥੋਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਗੁਰਦੁਆਰਾ ਸਾਹਿਬ ਬਣਾ ਰਹੇ ਆ ਉਹ ਦੀਪ ਦੇ ਨਾਮ ਨਹੀਂ ਉਹ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ ਤੇ ਆ ਅਕਸਰ ਦੇਖਦੇ ਆ ਵੀ ਬੱਚੇ ਜਿਹੜੇ ਆ ਅੱਜਕੱਲ ਜ਼ਿਆਦਾ ਬਾਹਰ ਨੂੰ ਜਾ ਰਹੇ ਆ ਆਈਐਸ ਆਈਪੀਐਸ ਦੀ ਤਿਆਰੀ ਲੋਕੀ ਕਰਦੇ ਨਹੀਂ ਜਾਂ ਕੋਈ ਹੋਰ ਫਰਦਰ ਪੇਪਰ ਵੀ ਹੁੰਦੇ ਆ ਉਸ ਦੀ ਤਿਆਰੀ ਨਹੀਂ ਕੀਤੀ ਜਾਂਦੀ ਬਾਹਰ ਦਾ ਰੁਝਾਨ ਬੜਾ ਆ ਗਿਆ ਜੇ ਆਪਾਂ ਦੇਖੀਏ ਯੰਗਸਟਰ ਸਾਰੇ ਇਸ ਟਾਈਮ ਤੇ ਜਿਹੜਾ ਵੀ ਕੋਈ ਹੁੰਦਾ ਉਹ ਕਹਿੰਦਾ ਉਹਦੀ ਫਰਸਟ ਪ੍ਰੈਫਰੈਂਸ ਇਹ ਆ ਕਿ ਮੈਂ ਬਾਹਰ ਸ਼ਿਫਟ ਹੋ ਜਾ ਵੀ ਇੱਥੇ ਉਹਨੂੰ ਆਪਾਂ ਕਹਿ ਲਓ ਵੀ ਜਾਂ ਤਾਂ ਇਨਸਿਕਿਉਰਟੀ ਲਾ ਲਓ ਜਾ ਉਹਨੂੰ ਆਪ ਦਾ ਫਿਊਚਰ ਇਨਸਿਕਿਓਰ ਲੱਗਦਾਗਾ ਕਾਲਜ ਜਿਵੇਂ ਬਾਈ ਵੀ ਗੱਲ ਕਰਦਾ ਹੁੰਦਾ ਸੀ ਵੀ ਨੌਲੇਜ ਆਪਾਂ ਨੂੰ ਬਹੁਤ ਜ਼ਰੂਰੀ ਆ ਆਉਣ ਵਾਲੇ ਟਾਈਮ 'ਚ ਜੇ ਆਪਾਂ ਆਪਣੀ ਕੌਮ ਦੀ ਵੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਵੀ ਗੱਲ ਕਰਨੀ ਆ ਤਾਂ ਨੌਲੇਜ ਸਭ ਤੋਂ ਜ਼ਰੂਰੀ ਆ ਤੇ ਦੂਸਰੇ ਪਾਸੇ ਇਹ ਵੀ ਸਾਨੂੰ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਵੀ ਆਪਾਂ ਨੂੰ ਨੌਲੇਜ ਦੀ ਲੋੜ ਨਹੀਂਗੀ ਨੌਲੇਜ ਕਰਕੇ ਆਪਾਂ ਸਰਕਾਰ ਦੇ ਗੁਲਾਮ ਤਿਆਰ ਕਰ ਰਹੇ ਹਾਂਗੇ ਉਹ ਸਰਕਾਰ ਦੀ ਗੱਲ ਕਰਨਗੇ ਬਾਈ ਵੀ ਕਿਹੜਾ ਹਥਿਆਰਾਂ ਦੀ ਗੱਲ ਕਰਦਾ ਸੀ ਬਾਈ ਵੀ ਤਾਂ ਸਰਕਾਰ ਨਾਲ ਮੱਥਾ ਉਹਨੇ ਨੌਲੇਜ ਬੇਸਤੀ ਲਾਇਆ ਸੀਗਾ ਨਾ ਵੀ ਅੱਜ ਆਪਾਂ ਹਥਿਆਰ ਚੱਕ ਕੇ ਸਟੇਟ ਨਾਲ ਜਾਂ ਹੋਰ ਨਾਲ ਸਿੱਧੀ ਆਮ ਨੂੰ ਸਾਹਮਣੀ ਫਾਈਟ ਨਹੀਂ ਹੋ ਸਕਦੀ ਕਿ ਦਿਸ ਇਜ਼ ਟੂ ਬੀ ਵਿਦ ਦਾ ਨੌਲੇਜ ਆਲਸੋ ਸਸ਼ਤਰ ਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੂ ਸਿੰਘ ਫੇਸਬੁੱਕ ਤੇ ਤੁਸੀਂ ਵੀ ਕਾਫੀ ਤਸਵੀਰਾਂ ਦੇਖਿਆ ਹੋਣ ਗਿਆ ਵੀ ਦੀਪ ਸਿੱਧੂ ਦੀ ਯਾਦਗਾਰ ਬਣਨ ਜਾ ਰਹੀ ਹੈ ਭਾਈ ਸੰਦੀਪ ਸਿੰਘ ਦੀ ਯਾਦਗਾਰ ਬਣਨ ਜਾ ਰਹੀ ਹੈ ਅਤੇ ਜ਼ਰੂਰ ਕਾਫੀ ਤੁਸੀਂ ਵੀ ਉਸਤੇ ਕੁਝ ਪੜਿਆ ਹੋਗਾ ਕੋਈ ਆਰਟੀਕਲਸ ਤੁਸੀਂ ਪੜੇ ਹੋਣਗੇ ਪਰ ਹੁਣ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਤਾਂ ਇਹ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਵੀ ਉਹਨਾਂ ਦੇ ਭਰਾ ਮੌਜੂਦ ਨੇ ਮਨਦੀਪ ਸਿੱਧੂ ਮੌਜੂਦ ਨੇ ਉਹਨਾਂ ਨਾਲ ਹੁਣ ਗੱਲਬਾਤ ਕਰ ਲੈਂਦੇ ਆ ਪੁੱਛਦੇ ਆ ਵੀ ਯਾਦਗਾਰ ਜਿਹੜੀ ਬਣਨ ਜਾ ਰਹੀ ਆ ਉਸ ਦੇ ਵਿੱਚ ਕੀ ਕੀ ਹੋਏਗਾ ਕਿਉਂਕਿ ਜੇ ਉਸ ਦੀ ਯਾਦਗਾਰ ਬਣੇਗੀ ਕਿਉਂਕਿ ਉਹ ਆਪ ਵੀ ਕਾਫੀ ਪੜ੍ਹੇ ਲਿਖੇ ਸਨ ਤਾਂ ਹੁਣ ਤੁਹਾਨੂੰ ਜਾਣ ਕੇ ਜ਼ਰੂਰ ਕਾਫੀ ਚੀਜ਼ਾਂ ਦੀ ਹੈਰਾਨੀ ਵੀ ਹੋਏਗੀ ਖੁਸ਼ੀ ਵੀ ਹੋਏਗੀ ਵੀ ਯਾਦਗਾਰ ਦਾ ਨੀਂਹ ਪੱਥਰ ਕਦੋਂ ਰੱਖਿਆ ਜਾਵੇਗਾ ਅਤੇ ਕੀ ਕੀ ਉੱਥੇ ਲੋਕਾਂ ਨੂੰ ਸੁਵਿਧਾਵਾਂ ਜਿਹੜੀਆਂ ਨੇ ਦਿੱਤੀਆਂ ਜਾਣਗੀਆਂ ਤਾਂ ਹੁਣ ਡੇਲੀ ਪੋਸਟ ਦੇ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਕਾਲਜੀ ਸਾਰਿਆਂ ਨੂੰ ਤਾਂ ਮੈਂ ਸਿੱਧਾ ਹੀ ਪਹਿਲਾ ਸਵਾਲ ਹੈ ਪੁੱਛਣਾ ਚਾਹਾਂਗਾ ਵੀ ਯਾਦਗਾਰ ਦੀਆਂ ਤਸਵੀਰਾਂ ਅਸੀਂ ਸਾਰਿਆਂ ਨੇ ਦੇਖੀਆਂ ਨੇ ਪਰ ਉਸ ਦੇ ਨਾਲ ਅਸੀਂ ਕਾਫੀ ਬਿਲਡਿੰਗਸ ਵੀ ਦੇਖ ਰਹੇ ਹਾਂ ਜਦੋਂ ਬਿਲਡਿੰਗਸ ਦੇਖਦੇ ਹਾਂ ਤਾਂ ਮਨ 'ਚ ਸਵਾਲ ਆਉਂਦਾ ਹੈ ਮੇਰੇ ਉੱਤੇ ਅਸਲ ਦੇ ਵਿੱਚ ਕੀ ਬਣਨ ਕੀ ਜਾ ਰਿਹਾ ਗੁਰਦੁਆਰਾ ਸਾਹਿਬ ਤਾਂ ਅਸੀਂ ਸਾਰਿਆਂ ਨੇ ਦੇਖ ਲਿਆ ਫਰੰਟ ਦੇ ਵਿੱਚ ਨਜ਼ਰ ਆ ਰਿਹਾ ਵੀ ਗੁਰਦੁਆਰਾ ਸਾਹਿਬ ਬਣੂਗਾ ਪਰ ਨਾਲ ਕੀ ਕੀ ਬਣਨ ਜਾ ਰਿਹਾ ਦੇਖੋ ਪਹਿਲਾਂ ਤਾਂ ਆਪਾਂ ਗੁਰੂ ਸਾਹਿਬ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਦੇ ਨਾਲ-ਨਾਲ ਇੱਕ ਬਲੱਡ ਬੈਂਕ ਜਿਹੜਾ ਬਲੱਡ ਬੈਂਕ ਬਣਾਉਣ ਜਾ ਰਹੇ ਹਾਂ ਬਲੱਡ ਬੈਂਕ ਦੇ ਤੋਂ ਬਾਅਦ ਅਸੀਂ ਇੱਕ ਮਿਊਜ਼ੀਅਮ ਪਲੱਸ ਲਾਇਬ੍ਰੇਰੀ ਜਿਹੜੇ ਸਾਰਾ ਸਿੱਖ ਇਤਿਹਾਸ ਜਿਵੇਂ ਆਪਾਂ ਕਹਿ ਲਈਏ ਪੰਜਾਬ ਦਾ ਇਤਿਹਾਸ ਤੇ ਹੋਰ ਆਪਣਾ ਲਿਟਰੇਚਰ ਸਾਰਾ ਉੱਥੇ ਮੁਹੱਈਆ ਕਰਾਵਾਂਗੇ ਉਸ ਤੋਂ ਜਿਹੜਾ ਕਿ on the last ਜਿਹੜਾ ਸਾਡਾ ਇੱਕ ਕੋਚਿੰਗ ਸੈਂਟਰ ਅਸੀਂ IAS PCS ਤੇ ਜੁਡੀਸ਼ਰੀ ਦੇ ਇਗਜ਼ਾਮਸ ਜਿਹੜੇ ਹਾਇਰ ਰੈਂਕਸ ਇਗਜ਼ਾਮਸ ਹੁੰਦੇ ਉਹਨਾਂ ਦੀ ਪ੍ਰੈਪਰੇਸ਼ਨ ਲਈ ਅਸੀਂ ਇੱਕ ਕੋਚਿੰਗ ਸੈਂਟਰ ਫ੍ਰੀ ਆਫ ਕਾਸਟ ਲੋਡ ਬੰਦਾ ਲਈ ਉਹ ਕਰ ਰਹੇ ਹਾਂ ਤਾਂ ਅਸੀਂ ਤੁਸੀਂ ਕਿਹਾ ਵੀ IAS IPS PCS ਦੀ ਤਿਆਰੀ ਜਿਹੜੀ ਆ ਫ੍ਰੀ ਦੇ ਵਿੱਚ ਹੋਏਗੀ ਕਾਫੀ ਇਹਨਾਂ ਦਾ ਖਰਚਾ ਵੀ ਹੁੰਦਾ ਤੇ ਉਹ ਪੂਰੀ ਯਾਦਗਾਰ ਦਾ ਵੀ ਜਿਹੜਾ ਕਾਫੀ ਖਰਚਾ ਆਏਗਾ ਫਿਰ ਸਾਰਾ ਕਿਸ ਤਰੀਕੇ ਨਾਲ ਕੀਤਾ ਜਾਊਗਾ ਦੇਖੋ ਖਰਚਾ ਅਸੀਂ ਜਿਵੇਂ ਹੁਣ ਲੈਂਡ ਦਾ ਜਿਹੜੇ ਸਾਡਾ ਸਾਰਾ ਫਰੈਂਡ ਸਰਕਲ ਕਹਿ ਰਿਹਾ ਇਹ ਜਾਂ ਸੰਗਤ ਦੇ ਸਹਿਯੋਗ ਤੇ ਨਾਲ ਹੀ ਇਹ ਸਾਰਾ ਅਸੀਂ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਐਜ਼ ਅ ਟੀਮ ਤੇ ਸਾਰਿਆਂ ਦੀ سپورਟ ਦੇ ਨਾਲ ਹੀ ਹੁਣ ਤੱਕ ਇੱਥੋਂ ਤੱਕ ਪਹੁੰਚੇ ਆਂਗੇ ਤੇ ਉਵੇਂ ਹੀ ਹੁਣ ਅੱਗੇ ਵੀ ਉਹੀ ਉਮੀਦ ਕਰਦੇ ਆਂ ਜਾਂ ਆਸ ਆ ਵੀ ਸਾਰੀ ਸੰਗਤ ਦੇ ਤੇ ਸਾਰੇ ਯਾਰਾਂ ਦੋਸਤਾਂ ਦੇ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਹੀ ਅੱਗੇ ਚੱਲਾਂਗੇ ਤਾਂ ਨੀ ਪੱਥਰ ਕਿਸ ਦਿਨ ਰੱਖਿਆ ਜਾਊਗਾ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਜ਼ਰੂਰ ਕਰੋ ਨੀ ਪਥਰ ਇੱਕ ਜਿਵੇਂ ਆਪਣਾ 15 ਫਰਵਰੀ ਵਾਲਾ ਡੇ ਆ ਜਿਹੜਾ ਕਿ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਇੱਕ ਅਨਫੋਰਚੂਨੇਟ ਡੇ ਸੀ ਲਾਸਟ ਈਅਰ ਆਪਣੇ ਲਈ ਤੇ ਉਸ ਦਿਨ ਹੀ ਜਿਹੜਾ ਸਮਾਗਮ ਆ ਯਾਦਗਾਰੀ ਸਮਾਗਮ ਸਾਲਾਨਾ ਯਾਦਗਾਰੀ ਸਮਾਗਮ ਤੇ ਉਸ ਦੇ ਨਾਲ ਨਾਲ ਉਸੇ ਦਿਨ ਉੱਥੇ ਨੀ ਪਥਰ ਵੀ ਵੀ ਬਾਈ ਨੂੰ ਯਾਦਗਾਰ ਬਾਈ ਦੇ ਨਾਮ ਤੇ ਆਪਾਂ ਦੀਪ ਦੇ ਬਣਾਉਣ ਜਾ ਰਹੇ ਹਾਂ ਤਾਂ ਉਸੇ ਦਿਨ ਉੱਥੇ ਇੱਕ ਨੀ ਪਥਰ ਰੱਖਿਆ ਜਾਊਗਾ ਜੀ ਜਦੋਂ ਅਸੀਂ ਵੀ ਨਾ ਤਸਵੀਰ ਪਾਈ ਤਾਂ ਤੁਸੀਂ ਵੀ ਜ਼ਰੂਰ ਦੇਖਿਆ ਹੋਗਾ ਕਈ ਲੋਕਾਂ ਨੇ ਉਸ ਤਸਵੀਰ ਨੂੰ ਪਸੰਦ ਵੀ ਕੀਤਾ ਪਰ ਦੂਜੇ ਪਾਸੇ ਜੇ ਗੱਲ ਕਰਦੇ ਹਾਂ ਤਾਂ ਨੁਕਤਾਚੀਨੀ ਵੀ ਬਹੁਤ ਹੋਈ ਇਹ ਵੀ ਗੱਲਾਂ ਕਹਿੰਿਆ ਗਿਆ ਵੀ ਕਿਸੇ ਵਿਅਕਤੀ ਦੀ ਯਾਦਗਾਰ ਬਣਾਣੀ ਸਹੀ ਹੈ ਜਾਂ ਨਹੀਂ ਹੈ ਤੁਸੀਂ ਵੀ ਉਹ ਸਭ ਕੁਝ ਪੜ੍ਹਿਆ ਹੋਊਗਾ ਉਸਤੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਇਹ ਗੱਲਾਂ ਮੈਂ ਵੀ ਥੱਲੇ ਕਮੈਂਟਸ ਪੜ੍ਹੇ ਆ ਵੀ ਗੁਰਦੁਆਰਾ ਸਾਹਿਬ ਜੀ ਵਾਪਸ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਦੀਪ ਦੇ ਨਾਮ ਤੇ ਇੱਕ ਗੁਰਦੁਆਰਾ ਸਾਹਿਬ ਨਹੀਂ ਬਣਾਉਣਾ ਚਾਹੀਦਾਗਾ ਇਹ ਮੈਂ ਇਹ ਹੀ ਗੱਲ ਇਥੋਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਗੁਰਦੁਆਰਾ ਸਾਹਿਬ ਬਣਾ ਰਹੇ ਆ ਉਹ ਦੀਪ ਦੇ ਨਾਮ ਨਹੀਂ ਉਹ ਸਾਰੇ ਸਿੰਘਾਂ ਸ਼ਹੀਦਾਂ ਦੇ ਨਾਮ ਤੇ ਆ ਤੇ ਗੁਰੂ ਦੀ ਅਗਵਾਈ ਦੇ ਹੇਠ ਹੀ ਅਸੀਂ ਕੰਮ ਕਰਾਂਗੇ ਜੇ ਆਪਾਂ ਗੱਲ ਕਰੀਏ ਹੁਣ ਆਪਣੀਆਂ ਹੋਰ ਜਿਵੇਂ जीएनडीयू ਗੁਰਨਾਨਕ ਦੇਵ ਯੂਨੀਵਰਸਿਟੀ ਆ ਉਹਦੇ ਵਿੱਚ ਵੀ ਗੁਰੂ ਘਰ ਹੈਗਾਗਾ ਇਹ ਹੀ ਇੱਕ ਹੁੰਦਾਗਾ ਗੁਰਦੁਆਰਾ ਸਾਹਿਬ ਵੀ ਆਪਾਂ ਗੁਰੂ ਤੋਂ ਡਰ ਕੇ ਗੁਰੂ ਦਾ ਓਟ ਆਸਰਾ ਲੈ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਜਾ ਰਹੀ ਹੈਗੀ ਕੱਲੇ ਦੀਪ ਦੇ ਨਾਮ ਤੇ ਨਹੀਂ ਇਹ ਗੁਰਦੁਆਰਾ ਸਾਹਿਬ ਅਸੀਂ ਬਣਾ ਰਹੇ ਹਾਂ ਦੀਪ ਦੇ ਨਾਂ ਤੇ ਬਲੱਡ ਬੈਂਕ ਵਾਲਾ ਸਾਰਾ ਜਿਹੜਾ ਕਰ ਰਹੇ ਆਗੇ ਤੇ ਤੁਸੀਂ ਨਾਲ ਉਹ ਵੀ ਕੀ ਆ ਵੀ ਬੱਚਿਆਂ ਨੂੰ ਜਿਹੜੀਆਂ ਸਟੱਡੀ ਵੀ ਮਿਲ ਸਕੇ ਕੋਈ ਅਸੀਂ ਅਕਸਰ ਦੇਖਦੇ ਆ ਵੀ ਬੱਚੇ ਜਿਹੜੇ ਆ ਅੱਜ ਕੱਲ੍ਹ ਜ਼ਿਆਦਾ ਬਾਹਰ ਨੂੰ ਜਾ ਰਹੇ ਆ ਆਈਐਸ ਆਈਪੀਐਸ ਦੀ ਤਿਆਰੀ ਲੋਕੀ ਕਰਦੇ ਨਹੀਂ ਜਾਂ ਕੋਈ ਹੋਰ ਫਰਦਰ ਪੇਪਰ ਵੀ ਹੁੰਦੇ ਆ ਉਸ ਦੀ ਤਿਆਰੀ ਨਹੀਂ ਕੀਤੀ ਜਾਂਦੀ ਬਾਹਰ ਦਾ ਰੁਝਾਨ ਵੜਾ ਆ ਗਿਆ ਦੇਖੋ ਬਾਹਰ ਦਾ ਰੁਝਾਨ ਜਿਹੜਾ ਆਇਆਗਾ ਉਹ ਆਪਣੀ ਗਵਰਨਮੈਂਟ ਦਾ ਫੇਲੀਅਰ ਆਪਾਂ ਕਵਾਂਗੇ ਵੀ ਗਵਰਨਮੈਂਟ ਆਪਣੀ ਇੱਥੇ ਉਹ ਨੀਤੀਆਂ ਲਾਗੂ ਹੀ ਨਹੀਂ ਕਰ ਪਾਰੀਗੀ ਜਾਂ ਇਹ ਜੋ ਆਪਾਂ ਨੂੰ ਸਟੇਟਸ ਜਾਂ ਸਟੈਂਡਰਡ ਮੇਨਟੇਨ ਹੀ ਨਹੀਂ ਕਰ ਰਹੇ ਵੀ ਆਪਣੀ ਮਾਸ ਮੂਵਮੈਂਟ ਹੋ ਰਹੀ ਹੈਗੀ ਇੱਥੋਂ ਜੇ ਆਪਾਂ ਦੇਖੀਏ ਯੰਗਸਟਰ ਸਾਰੇ ਇਸ ਟਾਈਮ ਤੇ ਜਿਹੜਾ ਵੀ ਕੋਈ ਹੁੰਦਾ ਉਹ ਕਹਿੰਦਾ ਉਹਦੀ ਫਰਸਟ ਪ੍ਰੈਫਰੈਂਸ ਇਹ ਆ ਕਿ ਮੈਂ ਬਾਹਰ ਸ਼ਿਫਟ ਹੋ ਜਾਂ ਵੀ ਇੱਥੇ ਉਹਨੂੰ ਆਪਾਂ ਕਹਿ ਲਓ ਵੀ ਜਾਂ ਤਾਂ ਇਨਸਿਕਿਉਰਟੀ ਲਾ ਲਓ ਜਾਂ ਉਹਨੂੰ ਆਪਦਾ ਫਿਊਚਰ ਇਨਸਿਕਿਉਰ ਲੱਗਦਾਗਾ ਇਹ ਸਾਰੀਆਂ ਚੀਜ਼ਾਂ ਤੇ ਅਸੀਂ ਵੀ ਨੌਲੇਜ ਜਿਵੇਂ ਬਾਈ ਵੀ ਗੱਲ ਕਰਦਾ ਹੁੰਦਾ ਸੀ ਵੀ ਨੌਲੇਜ ਆਪਾਂ ਨੂੰ ਬਹੁਤ ਜ਼ਰੂਰੀ ਆ ਆਉਣ ਵਾਲੇ ਟਾਈਮ 'ਚ ਜੇ ਆਪਾਂ ਆਪਣੀ ਕੌਮ ਦੀ ਵੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਵੀ ਗੱਲ ਕਰਨੀ ਆ ਤਾਂ ਨੌਲੇਜ ਸਭ ਤੋਂ ਜ਼ਰੂਰੀ ਆ ਨੌਲੇਜ ਦੇ ਨਾਲ ਨਾਲ ਹੀ ਆਪਾਂ ਕਿਸੇ ਸਰਕਾਰ ਨਾਲ ਮੱਥਾ ਲਾ ਸਕਦੇ ਆਂਗੇ ਤਾਂ ਨਾਲ ਉਹਦੇ ਬੇਸ ਤੇ ਹੀ ਆਪਾਂ ਜੇ ਆਪਣੇ ਸੀਨੀਅਰ ਉੱਪਰ ਰੈਂਕਸ ਤੇ ਆਪਣੇ ਪੰਜਾਬੀ ਹੋਣਗੇ ਆਪਣੇ ਸਿੱਖ ਹੋਣਗੇ ਤਾਂ ਹੀ ਉਹ ਆਪਣੀ ਕੌਮ ਦੀ ਆਪਣੇ ਪੰਜਾਬ ਦੀ ਗੱਲ ਕਰਨਗੇ ਤੇ ਦੂਸਰੇ ਪਾਸੇ ਇਹ ਵੀ ਸਾਨੂੰ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਵੀ ਆਪਾਂ ਨੂੰ ਨੌਲੇਜ ਦੀ ਲੋੜ ਨਹੀਂਗੀ ਨੌਲੇਜ ਕਰਕੇ ਆਪਾਂ ਸਰਕਾਰ ਦੇ ਗੁਲਾਮ ਤਿਆਰ ਕਰ ਰਹੇ ਹਾਂਗੇ ਉਹ ਸਰਕਾਰ ਦੀ ਗੱਲ ਕਰਨਗੇ ਜੇ ਹੁਣ ਆਪਾਂ ਬਿਤੇ ਜ਼ਲੀ ਜਈਏ ਜੀ ਜਦੋਂ ਸਰਦਾਰ ਕਪੂਰ ਸਿੰਘ ਦੀ ਗੱਲ ਕਰੀਏ ਉਹ ਵੀ ਇੱਕ ਬਹੁਤ ਸਿਆਣੀ ਸੁਲਝੇ ਹੋਏ ਸੀਨੀਅਰ ਆਈਐਸ ਅਫਸਰ ਸੀਗੇ ਉਹਨਾਂ ਨੂੰ ਵੀ ਉਹ ਵੀ ਨੌਲੇਜ ਬੇਸ ਤੇ ਹੀ ਬਣੇ ਸੀਗੇ ਜੇ ਹੁਣ ਆਪਾਂ ਗੱਲ ਕਰੀਏ ਜਨਰਲ ਸੁਬੇਕ ਸਿੰਘ ਦੀ ਗੱਲ ਕਰੀਏ ਉਹ ਵੀ ਇੱਕ ਬਹੁਤ ਉੱਚੇ ਰੈਂਕ ਤੇ ਸੀਨੀਅਰ ਅਫਸਰ ਸੀਗੇ ਇਹ ਦੋਨਾਂ ਨੇ ਕੀ ਪੰਜਾਬ ਦੀ ਕੀ ਸਿੱਖ ਕੌਮ ਦੀ ਗੱਲ ਨਹੀਂ ਕੀਤੀਗੀ ਆਪਾਂ ਨੌਲੇਜ ਹੋਣੀ ਤੇ ਸਿੱਖ ਕੌਮ ਦੇ ਪ੍ਰਤੀ ਗੱਲ ਕਰਨੀ ਹੋਰ ਉਹਦੇ ਲਈ ਆਪਾਂ ਨੂੰ ਨੌਲੇਜ ਹੋਣੀ ਵੀ ਜ਼ਰੂਰੀ ਆ ਆਪਣੀ ਸਾਡੀ ਇਹ ਸਾਰੀ ਟੀਮ ਦੀ ਕੋਸ਼ਿਸ਼ ਰਹੂਗੀ ਵੀ ਆਪਾਂ ਜਿਹੜਾ ਵੀ ਉਥੋਂ ਕੋਈ ਸਾਡੇ ਕੋਲੋਂ ਕੋਚਿੰਗ ਲੈ ਕੇ ਆਂਦਾ ਜਾਂ ਨੌਲੇਜ ਦੀ ਗੱਲ ਕਰੂਗਾ ਜਾਂ ਤਿਆਰ ਕਰਾਉਂਦੇ ਆ ਤਾਂ ਉਹਦਾ ਪਹਿਲਾ ਮੋਟਿਵ ਸਿੱਖ ਕੌਮ ਹੋਵੇ ਪੰਜਾਬ ਹੋਵੇ ਬਾਈ ਦੀਪ ਕੋਲੇ ਕਿਹੜਾ ਬਾਈ ਵੀ ਕਿਹੜਾ ਹਥਿਆਰਾਂ ਦੀ ਗੱਲ ਕਰਦਾ ਸੀ ਬਾਈ ਵੀ ਤਾਂ ਸਰਕਾਰ ਨਾਲ ਮੱਥਾ ਉਹਨੇ ਨੌਲੇਜ ਬੇਸਤੀ ਲਾਇਆ ਸੀਗਾ ਨਾ ਤਾਂ ਨੌਲੇਜ ਜੇ ਆਪਾਂ ਗੱਲ ਕਰੀਏ ਨੌਲੇਜ ਅੱਜ ਦੇ ਟਾਈਮ ਤੇ ਸਭ ਤੋਂ ਜ਼ਰੂਰੀ ਹਥਿਆਰ ਹੀ ਆਪਣਾ ਨੌਲੇਜ ਆ ਤਾਸੀ ਉਸ ਚੀਜ਼ ਦਾ ਪਹਿਲੂ ਨਾਲ ਰੱਖ ਕੇ ਚੱਲ ਰਹੇ ਆ ਤੁਹਾਡੇ ਸਵਾਲਾਂ ਦੇ ਵਿੱਚ ਹੀ ਗੱਲ ਨਿਕਲਦੀ ਆ ਤੁਸੀਂ ਜੇ ਕਰਦੇ ਹੋ ਵੀ ਹਥਿਆਰਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਦੂਜੇ ਪਾਸੇ ਜੇ ਤੁਸੀਂ ਕਹਿੰਦੇ ਵੀ ਉਹ ਵੀ ਆਪਾਂ ਨੂੰ ਪਹਿਲਾਂ ਗੱਲ ਜਿਹੜੀ ਗਿਆਨ ਦੀ ਕਰਨੀ ਚਾਹੀਦੀ ਆ ਪਰ ਸਵਾਲ ਪੁੱਛਣਾ ਨਹੀਂ ਚਾਹੁੰਦਾ ਸੀ ਪਰ ਹੁਣ ਪੁੱਛਣਾ ਵਾਜਬ ਹੋ ਗਿਆ ਵੀ ਭਾਈ ਅਮਰਿਤਪਾਲ ਜੇ ਗੱਲ ਕਰਦੇ ਆ ਦੀਪ ਸਿੱਧੂ ਦੀ ਜਥੇਬੰਦੀ ਦੇ ਹੁਣ ਨਵੇਂ ਆਗੂ ਵੀ ਬਣ ਚੁੱਕੇ ਉਹ ਹਥਿਆਰਾਂ ਦੀ ਵੀ ਗੱਲ ਕਰਦੇ ਆ ਉਹ ਗੱਲ ਗੁਲਾਮੀ ਦੀ ਵੀ ਗੱਲ ਕਰਦੇ ਆ ਉਹ ਹੋਰ ਵੀ ਗੱਲਾਂ ਕਰਦੇ ਆ ਤੁਹਾਡਾ ਇੱਕ ਚਲੋ ਪਿੱਛੇ ਇੱਕ ਬਿਆਨ ਵੀ ਬੜਾ ਵਾਇਰਲ ਹੋਇਆ ਬਾਅਦ ਚੋ ਪਤਾ ਲੱਗਿਆ ਬਿਆਨ ਤੁਹਾਡਾ ਨਹੀਂ ਸੀ ਤੁਸੀਂ ਹਸਤੇ ਫਿਰ ਕੀ ਕਹੋਗੇ ਨਹੀਂ ਦੇਖੋ ਜਿਵੇਂ ਹੁਣ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਕਿਹਾਗਾ ਵੀ ਆਪਾਂ ਨੂੰ ਸ਼ਾਸਤਰ ਵਿਦਿਆ ਵੀ ਹੋਣੀ ਚਾਹੀਦੀ ਆ ਪਰ ਜੇ ਹੁਣ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਸ਼ਾਸਤਰ ਜਿਹੜੀ ਆਪਾਂ ਨੂੰ ਸ਼ਾਸਤਰ ਵਿਦਿਆ ਤੇ ਸ਼ਾਸਤਰਾਂ ਦਾ ਗਿਆਨ ਉਹ ਵੀ ਅਪ ਟੂ ਸਭ ਐਕਸਟੈਂਡ ਹੋਣਾ ਚਾਹੀਦਾਗਾ ਜੇ ਅੱਜ ਦੀ ਆਪਾਂ ਯੁੱਗ ਦੀ ਗੱਲ ਕਰਦੇ ਆਂਗੇ ਵੀ ਆ ਜਪਾਂ ਹਥਿਆਰ ਚੱਕ ਕੇ ਸਟੇਟ ਨਾਲ ਜਾਂ ਹੋਰ ਨਾਲ ਸਿੱਧੀ ਆਮਨੂ ਸਾਹਮਣੀ ਫਾਈਟ ਨਹੀਂ ਹੋ ਸਕਦੀਗੀ this is to be with the knowledge also ਵੀ ਜੇ ਹੁਣ ਆਪਾਂ ਗੱਲ ਕਰੀਏ ਜੇ ਆਪਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਆਂਗੇ ਵੀ ਆਪਣੀ ਹਥਿਆਰਾਂ ਦੇ ਨਾਲ ਨਾਲ ਨੌਲੇਜ ਦੀ ਜੰਗ ਵੀ ਹੁੰਦੀ ਹੈਗੀ ਨੌਲੇਜ ਦੀ ਲੜਾਈ ਆਪਣੀ ਬਿਹਤਰ ਕਾਰਗਰ ਹੋ ਸਕਦੀ ਆ ਹਥਿਆਰਾਂ ਨਾਲੋਂ ਹਥਿਆਰਾਂ ਦੀ ਜੰਗ ਤਾਂ ਤਾਲਿਬਾਨ ਨੇ ਵੀ ਲੜੀ ਆ ਫਿਰ ਫਿਰ ਆਪਾਂ ਇੱਥੇ ਵਿਥਿਨ ਦਾ ਜਿਵੇਂ ਪੀਸਫੁਲ ਤਰੀਕੇ ਨਾਲ ਵੀ ਹੋ ਸਕਦਾ ਹੈਗਾ ਵੀ ਸ਼ਾਸਤਰ ਵਿੱਦਿਆ ਅੱਜ ਦੇ ਯੁੱਗ ਦੇ ਹਿਸਾਬ ਨਾਲ ਵਿਥਿਨ ਦਾ ਲਿਮਿਟਸ ਰਹਿ ਕੇ ਹੋਣੀ ਚਾਹੀਦੀ ਹੈਗੀ ਤੇ ਜੇ ਆਪਾਂ ਵੱਧ ਆਪਣੇ ਹੱਕ ਲੈਣੇ ਆ ਤਾਂ ਆਪਾਂ ਨੌਲੇਜ ਦੇ ਬੇਸ ਤੇ ਵੱਧ ਲੈ ਸਕਦੇ ਹਾਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਜਥੇਬੰਦੀ ਦੇ ਨਵੇਂ ਆਗੂ ਨਹੀਂ ਜਥੇਬੰਦੀ ਦੇ ਨਵੇਂ ਆਗੂ ਹੈ ਠੀਕ ਆ ਹੁਣ ਤਾਂ ਕੰਮ ਕਰ ਰਹੇ ਆ ਸਿੱਖੀ ਜੋੜ ਰਹੇ ਆ ਸਿੱਖੀ ਨਾਲ ਤਾਂ ਵਧੀਆ ਕੰਮ ਆ ਆਪਣਾ ਉਪਰਾਲਾ ਕਰ ਰਹੇ ਹੈਗੇ ਸ਼ਲਾਗਾ ਜੋ ਕੰਮ ਤਾਂ ਹੁਣ ਮੈਂ ਵੀ ਪੁੱਛਣਾ ਚਾਹਾਂਗਾ ਸੰਦੀਪ ਸਿੰਘ ਦੇ ਕੇਸ ਤੁਸੀਂ ਲੜ ਰਹੇ ਹੋ ਤਾਂ ਉਹਦੇ ਵਿੱਚ ਕੀ ਅਪਡੇਸ਼ਨ ਹੈ ਸੰਦੀਪ ਦੇ ਕੇਸ ਦਾ ਹਜੇ ਚਾਰ ਸ਼ੀਟ ਫਾਈਲ ਨਹੀਂ ਹੋਈਗੀ ਤੇ ਚਾਰ ਸ਼ੀਟ ਫਾਈਲ ਹੋਣ ਤੋਂ ਲੈਟਸ ਸੀ ਕਿ ਪੁਲਿਸ ਕੀ ਉਹਦਾ ਚਾਰਜ ਲੈ ਕੇ ਆਉਂਦੀ ਹੈਗੀ ਜੁਡੀਸ਼ੀਅਲ ਹੈਗਾ ਕਸਟਡੀ ਚ ਉਹ ਤਾਂ ਕੇਸ ਦੀ ਪੈਰਵਾਹੀ ਉਹ ਤੋਂ ਬਾਅਦ ਹੀ ਸ਼ੁਰੂ ਹੋਊਗੀ ਜਦੋਂ ਚਲਾਨ ਪੇਸ਼ ਹੋ ਜਾਊਗਾ ਇੱਕ ਨਾ ਤੁਸੀਂ ਚਲੋ ਪਹਿਲਾਂ ਦੱਸਿਆ ਪਰ ਇੱਕ ਵਾਰੀ ਮੈਂ ਕਹਾਂਗਾ ਵੀ ਕਲੀਅਰਲੀ ਲੋਕਾਂ ਨੂੰ ਦੱਸ ਦੋ ਕਿ ਕਿਸ ਲੋਕੇਸ਼ਨ ਤੇ ਕਿੱਥੇ ਹੈ ਯਾਦਗਾਰ ਜਿਹੜੀ ਆ ਉਹ ਬਣਨ ਜਾ ਰਹੀ ਹੈ ਤੇ ਤੁਸੀਂ ਇਹਨੂੰ ਜਿਹੜਾ ਐਕਸਪੈਂਡ ਵੀ ਕਰੋਗੇ ਬਿਲਕੁਲ ਇਹੇ ਅਸੀਂ ਜਿਹੜੀ ਜਗਰਾਉਂ ਏਰੀਆ ਚ ਚੌਂਕੀ ਮਾਨ ਪੈਂਦਾ ਜੀ ਸਿਟੀ ਯੂਨੀਵਰਸਿਟੀ ਦੇ ਓਪੋਜ਼ਿਟ ਉੱਥੇ ਇਹ ਯਾਦਗਾਰ ਬਾਈ ਦੀ ਬਣਨ ਜਾ ਰਹੀ ਹੈਗੀ ਤੇ ਜਿੱਥੇ ਕਿ 15 ਤਰੀਕ 15 ਫਬ 2023 ਨੂੰ ਇਹਦਾ ਨੀ ਪੱਥਰ ਰੱਖਾਂਗੇ 13 ਤਰੀਕ ਨੂੰ 13 ਫਬ 2023 ਨੂੰ ਉੱਥੇ ਕਣਪਾਟ ਸਾਹਿਬ ਦਾ ਆਰਾਮ ਕਰਾਉਣਾਗਾ ਤੇ ਉਹਦਾ ਜਿਹੜੇ ਭੋਗ ਪਾਏ ਜਾਣਗੇ ਉਹ 15 ਤਰੀਕ ਨੂੰ ਜਿਹੜਾ ਕਿ ਦਿਨ ਬੰਦਾਗਾ ਬਾਈ ਦੀ ਇੱਕ ਤਰ੍ਹਾਂ ਆਪਾਂ ਸਾਲਾਨਾ ਵਰਸੀ ਵਾਲਾ ਵੀ ਕਹਿ ਲਓ ਉਹ ਉਸੇ ਦਿਨ ਫਿਰ ਇਹ ਰੱਖਿਆ ਜਾਊਗਾ ਨਾਲ ਨਹੀਂ ਪੱਥਰ ਵੀ ਰੱਖਿਆ ਇੱਕ ਨਾ ਇਹ ਵੀ ਗੱਲ ਪੁੱਛਣਾ ਚਾਹਾਂਗਾ ਵੀ ਬਾਈ ਦੀ ਡੈਥ ਤੋਂ ਬਾਅਦ ਜੋ ਵੀ ਹੋਇਆ ਤਾਂ ਐ ਨਹੀਂ ਲੱਗਦਾ ਵੀ ਜਿਹੜੇ ਲੋਕੀ ਉਸ ਸਮੇਂ ਸ਼ਾਇਦ ਸੋਚਣਾ ਨਹੀਂ ਮਿਲਦੇ ਸੀ ਉਸ ਤੋਂ ਬਾਅਦ ਸੁਣਨ ਲੱਗ ਗਏ ਉਹ ਕਹਿਣ ਵੀ ਲੱਗ ਗਏ ਵੀ ਹਾਂ ਗੱਲਾਂ ਤਾਂ ਸਹੀ ਸੀਗੀਆਂ ਦੇਖੋ ਗੱਲ ਦੀਪ ਨੇ ਹਮੇਸ਼ਾ ਪੰਜਾਬ ਦੀ ਕੀਤੀ ਹੈ ਕੌਮ ਦੀ ਕੀਤੀ ਹੈਗੀ ਉਦੋਂ ਬਾਈ ਦੇ ਹੁੰਦੇ ਹੋਏ ਜੇ ਆਪਾਂ ਕਹਿ ਲਈਏ ਤਾਂ ਬਾਈ ਤੋਂ ਪੋਲਿਟੀਕਲ ਇਨਸਿਕਿਉਰਟੀ ਬਹੁਤ ਲੋਕ ਫੀਲ ਕਰਦੇ ਸੀ ਕਿ ਵੀ ਇਹ ਕਿਤੇ ਸਾਨੂੰ ਵੀ ਕਿਤੇ ਨਾ ਕਿਤੇ ਇਸ ਤੋਂ ਖਤਰਾ ਵੀ ਸਾਡੀ ਇੰਪੋਰਟੈਂਸ ਘਟ ਜੂਗੀ ਸਹਿਮਤ ਪਹਿਲਾਂ ਵੀ ਸੀਗੇ ਪਰ ਉਹ ਸ਼ੋਰ ਨਹੀਂ ਕਰਨਾ ਚਾਹੁੰਦੇ ਸੀਗੇ ਉਹ ਬਾਈ ਦੇ ਜਾਣ ਤੋਂ ਬਾਅਦ ਇਸ ਗੱਲ ਦਾ ਦੁੱਖਾ ਵੀ ਇਹੀ ਚੀਜ਼ ਜੇ ਕਿਤੇ ਬਾਈ ਦੇ ਹੁੰਦੇ ਹੋਏ ਉਹਦੇ ਨਾਲ ਰਲ ਕੇ ਚੱਲਦੇ ਤਾਂ ਗੱਲ ਕੁਝ ਹੋਰ ਹੋਣੀ ਸੀਗੀ ਤੁਸੀਂ ਕਿਹਾ ਬਲੱਡ ਬੈਂਕ ਵੀ ਬਣਾਉਣ ਜਾ ਰਹੇ ਆ ਤਾਂ ਬਲੱਡ ਬੈਂਕ ਦੀ ਅਸਲ ਦੇ ਵਿੱਚ ਕੀ ਲੋੜ ਪਈ ਕਿਉਂਕਿ ਜੇ ਲੁਧਿਆਣਾ ਦੇ ਸ਼ਹਿਰ ਦੀ ਗੱਲ ਕਰਦੇ ਆ ਜਾਂ ਜਗਰਾਉਂ ਦੀ ਵੀ ਗੱਲ ਕਰਦੇ ਆ ਕਿ ਆ ਜਾਂਦਾ بڑے ਬਲੱਡ ਬੈਂਕ ਨੇ ਹਰ ਹਸਪਤਾਲ ਦੇ ਕੋਲ ਆਪਣਾ ਬਲੱਡ ਬੈਂਕ ਹੈ ਤੇ ਕੀ ਲੋੜ ਆ ਫਿਰ ਨਹੀਂ ਦੇਖੋ ਜਿਵੇਂ ਬਲੱਡ ਬੈਂਕ ਦਾ ਅਸੀਂ ਸਾਰੀ ਟੀਮ ਨੇ ਅਸੀਂ ਇਹ ਚੀਜ਼ ਦੀ ਲੋੜ ਮਹਿਸੂਸ ਕੀਤੀ ਆ ਜਿਵੇਂ ਲਾਸਟ 2 ਸਾਲਾਂ ਤੋਂ ਅਸੀਂ ਬਾਈ ਦੇ ਬਰਥਡੇ ਵਾਲੇ ਦਿਨ 2nd April ਨੂੰ ਅਸੀਂ ਬਲੱਡ ਕੈਂਪ ਆਰਗੇਨਾਈਜ਼ ਕਰਦੇ ਆ ਜਦੋਂ ਪਿਛਲੇ ਤੋਂ ਪਿਛਲੇ ਸਾਲ ਵੀ ਕੀਤਾ ਜਦੋਂ ਬਾਈ ਜੇਲ 'ਚ ਸੀਗੇ ਤੇ ਉਦੋਂ ਸਾਡੇ ਕੋਲੇ ਵੀ ਕਾਫੀ ਕਾਫੀ ਯੂਨਿਟਸ ਇਕੱਠੇ ਹੋਈ ਹੈਗੀ ਤੇ ਫਿਰ ਉਦੋਂ ਬਾਅਦ ਜਿਹੜਾ ਹੁਣ 2022 ਚ ਵੀ 2nd April ਨੂੰ ਅਸੀਂ ਬਲੱਡ ਕੈਂਪ ਆਰਗੇਨਾਈਜ਼ ਕੀਤਾ ਸੀਗਾ ਤਾਂ ਉਦੋਂ ਸਾਨੂੰ ਇਹ ਚੀਜ਼ ਜਿਹੜੇ ਸਾਡੇ ਕੋਲ ਡੋਨਰਸ ਆਏ ਜਾਂ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਤੇ ਉਹਨਾਂ ਦੀਆਂ ਕੁਝ ਐਕਸਪੈਕਟੇਸ਼ਨਸ ਵੀ ਹੁੰਦੀਆਂ ਹੁੰਦੀਆਂ ਆ ਅਗਲਾ ਜੇ ਉਹਨਾਂ ਦੇ ਕਿਸੇ ਨੂੰ ਉਹਨਾਂ ਨੂੰ ਜਾਂ ਉਹਨਾਂ ਦੇ ਅੱਗੇ ਰਿਲੇਟਿਵਸ ਨੂੰ ਜਾਂ ਫਰੈਂਡਸ ਨੂੰ ਲੋੜ ਪੈਂਦੀ ਆ ਤਾਂ ਉਹ ਸਾਨੂੰ ਫੋਨ ਮਾਰਦੇ ਸੀ ਬਾਈ ਸਾਨੂੰ ਅਰੇਂਜ ਕਰਾ ਦਿਓ ਕਿਉਂਕਿ ਬਲੱਡ ਕੈਵ ਜੀ ਹੈ ਵੀ ਉਹ ਹਰ ਹਸਪੀਟਲ ਚ ਹਰ ਕਿਤੇ ਹਰ ਮਰੀਜ਼ ਨੂੰ ਲੋੜਿੰਦਾ ਹੁੰਦਾ ਹੈਗਾ ਤਾਂ ਫਿਰ ਸਾਰੀ ਟੀਮ ਨੇ ਬੈਠ ਕੇ ਸੋਚਿਆ ਵੀ ਆਪਾਂ ਜੇ ਹੁਣ 22 ਦੇ ਨਾਮ ਤੇ ਬਲੱਡ ਕੈਂਪ ਆਰਗੇਨਾਈਜ਼ ਕਰਦੇ ਆ ਤਾਂ ਵੀ ਇੱਕ ਆਪਾ ਆਪਣਾ ਹੀ ਸਟੈਬਲਿਸ਼ਡ ਕਰ ਲਈਏ ਤੇ ਇੱਕ ਜਗਰਾਉਂ ਏਰੀਆ ਇਸ ਕਰਕੇ ਚੂਜ਼ ਕੀਤਾ ਗਿਆ ਵੀ ਇਹ ਪੰਜਾਬ ਦਾ ਆਪਾਂ ਕਹਾਂ ਲਾਂਗੇ ਸੈਂਟਰ ਆ ਹੂੰ ਇਹ ਮੈਂਚ ਪੈਂਦਾ ਮੈਂਚ ਪੈਂਦਾ ਵੀ ਇਹਦੀ 2 ਆਵਰਸ ਡਰਾਈਵ ਆ ਫਾਰ ਏਵਰੀ ਬਾਰਡਰ ਜੇ ਆਪਾਂ ਦੇਖਿਆ ਜਾਊਗਾ ਤੇ ਇਹਨੂੰ ਅਸੀਂ ਇੱਕ ਉਹਨੂੰ ਫਰਦਰ ਰੂਪਰੇਖਾ ਇਹ ਦਿੱਤੀ ਆ ਵੀ ਆਨਲਾਈਨ ਅਵੇਲੇਬਿਲਟੀ ਅਸੀਂ ਤੁਸੀਂ ਕਿਤੋਂ ਵੀ ਚੈੱਕ ਕਰ ਸਕੋਗੇ ਇਹਦੀ ਵੀ ਕਿੰਨੇ ਯੂਨਿਟ ਸਾਡੇ ਕੋਲ ਅਵੇਲੇਬਲ ਆ ਕਿੰਨੇ ਕਿਹੜੇ ਬਲੱਡ ਗਰੁੱਪ ਦੇ ਕਿੰਨੇ ਯੂਨਿਟਸ ਅਵੇਲੇਬਲ ਆ ਤਾਂ ਇਹਨੂੰ ਅਸੀਂ ਫ੍ਰੀ ਆਫ ਕਾਸਟ ਅਵੇਲੇਬਲ ਕਰਾਵਾਂਗੇ ਜੇ ਆਪਣੇ ਕੋਲ ਡੋਨਰ ਆਉਂਦਾ ਤਾਂ ਉਹ ਆਪਾਂ ਨੂੰ ਫ੍ਰੀ ਆਫ ਕਾਸਟ ਡੋਨੇਟ ਕਰਕੇ ਜਾਂਦਾ ਤੇ ਜੇ ਉਹਨੂੰ ਲੋਡ ਪੈ ਜਾਂਦੀ ਆ ਜਦੋਂ ਲੋਡ ਵੰਨ ਦੀ ਕਿਸੇ ਦੀ ਤਾਂ ਉਹ ਤੋਂ ਹੋਰ ਹਸਪੀਟਲਸ ਤੇ ਉਹਨੂੰ ਚਾਰਜ ਕਰਦੇ ਆ ਅਰਾਊਂਡ 3500 ਅਸੀਂ ਉਹ ਵੀ ਵੇਵ ਆਫ ਕਰਾਂਗੇ ਅਸੀਂ ਉਹ ਵੀ ਉਹਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਵਾਂਗੇ ਇੱਕ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਨਾਲ ਤੁਸੀਂ ਮਿਊਜ਼ੀਅਮ ਦੀ ਗੱਲ ਕੀਤੀ ਤੇ ਲਾਇਬ੍ਰੇਰੀ ਦੇ ਵਿੱਚ ਕਿ ਸਿੱਖ ਇਤਿਹਾਸ ਦੀਆਂ ਕਿਤਾਬਾਂ ਹੋਣਗੀਆਂ ਕਿਉਂਕਿ ਅਕਸਰ ਅਸੀਂ ਜਦੋਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਲੱਭਣ ਜਾਂਦੇ ਹਾਂ ਨਾ ਤਾਂ ਲੱਭਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਕਿੱਥੋਂ ਅਸੀਂ ਭਾਲਦੇ ਆਂ ਬੜੀ ਔਖਾ ਮਸ਼ਕਿਲ ਹੈ ਵੀ ਸਾਡੇ ਸਕੂਲਾਂ ਇਸ ਤਾਂ ਚਲੋ ਪੜਾਇਆ ਹੀ ਨਹੀਂ ਜਾਂਦਾ ਸਾਨੂੰ ਸਿੱਖ ਇਤਿਹਾਸ ਕਿੰਨਾ ਕੋ ਪੜਾਇਆ ਜਾਂਦਾ ਤੇ ਲੱਭਣ ਜਾਂਦੇ ਹਾਂ ਉਹਦੀ ਵੀ ਬੜੀ ਔਖਾਈ ਹੁੰਦੀ ਹੈ ਦੇਖੋ ਜਿਹੜਾ ਹੁਣ ਅਸੀਂ ਉੱਥੇ ਮਿਊਜ਼ੀਅਮ ਆ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਦਿੱਲੀ ਮੋਰਚੇ ਆ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਗਵਾਈਆਂ ਉੱਥੇ ਮੋਰਚੇ ਨੂੰ ਸਮਰਪਿਤ ਹੋਈ ਹੈਗੀ ਉਹਨਾਂ ਦੇ ਪ੍ਰਤੀ ਉਹਨਾਂ ਦੀਆਂ ਫੋਟੋਆਂ ਅਸੀਂ ਉਹਨਾਂ ਦੇ ਫੈਮਲੀ ਨਾਲ ਵੀ ਟੱਚ ਅਪ ਹੋ ਰਹੀਆਂ ਹੈਗੇ ਵੀ ਸਾਨੂੰ ਉਹਨਾਂ ਦਾ ਜੋ ਜਿੰਨਾ ਕੁ ਵੀ ਬਾਇਓ ਡਾਟਾ ਅਵੇਲੇਬਲ ਹੋ ਜਾਦਾ ਅਸੀਂ ਉਹ ਵੀ ਉੱਥੇ ਲਾਵਾਂਗੇ ਤੇ ਬਾਕੀ ਸਿੱਖ ਜੋਦੇ ਜਿਹੜੇ ਆਪਣੇ ਹੋਏ ਹੈਗੇ ਉਹਨਾਂ ਦਾ ਵੀ ਇਤਿਹਾਸ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਸਟੈਚੂ ਜਿੰਨਾ ਕੁਝ ਵੀ ਅਸੀਂ ਕਰ ਸਕੇ ਉਹ ਨਾਲ ਸਿੱਖ ਵਿਦਵਾਨ ਆਪਣੇ ਬਹੁਤ ਆ ਉਹਨਾਂ ਨਾਲ ਟਾਈਪ ਕਰਕੇ ਸਿੱਖ ਲਿਟਰੇਚਰ ਜਿੰਨਾ ਕੁ ਪੰਜਾਬ ਦਾ ਲਿਟਰੇਚਰ ਉਹ ਵੀ ਉੱਥੇ ਅਸੀਂ ਡਿਜੀਟਲ ਰੂਪ ਚ ਵੀ ਤੇ ਬੁੱਕਸ ਦੇ ਰੂਪ ਚ ਵੀ ਉੱਥੇ ਜਿੰਨਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਆ ਵੀ ਅਸੀਂ ਆਪਣੀ ਸਿੱਖ ਕੌਮ ਨਾਲ ਪੰਜਾਬ ਨਾਲ ਲੋਕਾਂ ਨੂੰ ਜੋੜਿਆ ਜਾਵੇ ਆਪਣੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਕਿਸੇ ਵੀ ਪੁਆਇੰਟ ਤੇ ਕਿਸੇ ਵੀ ਜੇ ਆਪਾਂ ਕਹਿ ਲਈਏ ਕੋਈ ਵੀ ਜੇ ਉਹ ਸਿੱਖ ਇਤਿਹਾਸ ਦਾ ਕੋਈ ਵੀ ਪਹਿਲੂ ਜਾਨਣਾ ਚਾਹੁੰਦਾ ਤਾਂ ਸਾਡੇ ਕੋਲੇ ਐਟਲੀਸਟ ਉਹਦੇ ਬਾਰੇ ਕੁਝ ਨਾ ਕੁਝ ਉੱਥੇ ਅਸੀਂ ਅਵੇਲੇਬਲ ਜਰੂਰ ਕਰਾਵਾਂਗੇ ਸੋ ਜਿਵੇਂ ਕਿ ਗੱਲਬਾਤ ਕਰਕੇ ਹਟਿਆ ਉਮੀਦ ਆ ਤੁਸੀਂ ਸਾਰੇ ਗੱਲਬਾਤ ਸੁਣੀ ਲਈ ਹੋਗੀ ਸੋ ਐਸੇ ਹੀ ਅੱਜ ਦੀ ਖਬਰ ਵਤੇਰੀ ਖਬਰਾਂ ਵਿੱਚ ਜੁੜੇ ਹੋਏ ਟੈਲੀਪੋਜ਼ੀਸ਼ਨਲ ਕੈਮਰਾਪਰਸਨ ਅਮਿਤ ਕੁਮਾਰ ਦੇ ਨਾਲ ਕੁਵਰਜੋਤ ਸਿੰਘ ਦੇ